जी मैं तो यही कहूँगी कि इन्हों की जो भी मंगा ने और रूलों के हदायत अनुसार पूरी होनी चाहिए ने ता कि असी भी इन्हों फिर काम करिए तो सारे शहर से जोड़ा गंद पिया हो हड़ताल करके पिया हो जड़ा सारे लोग तंग होए हुए कि वह इन्हों जल्दी तो जल्दी मंगा पूरी की जाकि सारा काम सही तरीके फिर रैगूलर चल सके जी। वह तो दस सकते कहते भी साड़ी भी तनखाह चो वाधा होया वो नहीं मिले सानू रैगूलर नहीं किया ना कॉन्ट्रैक्ट तो कर रहे हैं इस तरह दिया कुछ मंगा है इन्होंने। हम शहर के जगह जगह कूड़े के ढेर लग चुके हैं बहुत गंद पे गर्मी का मौसम है तुसी कोई होर व्यवस्था भी की सफाई लई नहीं नहीं जी साढ़े को जड़े होर कोई व्यवस्था है ही नहीं यही ने 59 जो सफाई सेवक ने यही चकते हैं सारा शहर का कूड़ा फिर बीमारी फैलने का चांस नहीं इस तरह मैनेज कि जी हुण तां असीं रिक्वेस्ट ही कर सकते हैं कि इन्हां दी डिमांड जल्दी तो जल्दी पूरी कोई होवे तां कि भी अगे असीं किसी भी कुछ जे कोई इस तरह की कोई घटना होंदी है कोई बीमारी पैदा होंदी है या उस नूं पहलां ही कंट्रोल किया जा सके। जेकर हड़ताल इन्हां दी लंबी चलदी है मंगा नहीं मंगीआं मन्नीआं जांदीआं तां तुसीं फिर की उपाय करोगे शहर दी सफाई व्यवस्था दा? जी इहदे इस सवाल का जवाब तो जी ईओ साहब ही दे सकते हैं भी उन्होंने की करना अगे ਇਹ ਸਰ ਧਰਨਾ ਅਸੀਂ ਜਿੱਦਾਂ ਕਿ ਸਾਡਾ ਪਿਛਲੇ ਸਾਲ ਇਸੇ ਹੀ ਮਈ ਦੇ ਮਹੀਨੇ ਅਣਮਿੱਥੇ ਸਮੇਂ ਲਈ ਹੜਤਾਲ ਪੂਰੇ ਪੰਜਾਬ ਭਰ 'ਚ ਕੀਤੀ ਗਈ ਸੀ। ਉਸ ਟਾਈਮ ਸਾਡੀ ਜੋ ਹਾਈ ਕਮਾਂਡ ਆ ਪੰਜਾਬ ਦੀ ਸੂਬਾ ਪ੍ਰਧਾਨ ਜਨਰਲ ਸਕੱਤਰ ਤਾਂ ਸਾਡੇ ਬਾਕੀ ਜਿੰਨੇ ਵੀ ਅਹੁਦੇਦਾਰ ਨੇ ਪੰਜਾਬ ਲੈਵਲ ਦੇ ਉਹਨਾਂ ਦੀ ਬੈਠ ਕੇ ਮੀਟਿੰਗ ਦੇ ਵਿੱਚ CM ਕੈਪਟਨ ਦੀ ਸਰਕਾਰ ਸੀ ਉਸ ਟਾਈਮ ਬ੍ਰਹਮਿੰਦਰਾ ਲੋਕਲ ਬਾਡੀ ਮੰਤਰੀ ਸੀਗੇ ਉਹਨਾਂ ਨਾਲ ਬੈਠ ਕੇ ਜਦੋਂ ਹੜਤਾਲ ਖਤਮ ਕਰਨ ਤੋਂ ਪਹਿਲਾਂ ਫੈਸਲਾ ਤੈਅ ਹੋਇਆ ਸੀ ਕਿ ਜਿੰਨੇ ਵੀ ਸਫਾਈ ਕਰਮਚਾਰੀ ਸੀਵਰਮੈਨ ਜਿੰਨੇ ਵੀ ਆਊਟਸੋਰਸ 'ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਮੇਟੀ ਦੇ ਅਧੀਨ ਲਿਆਂਦਾ ਜਾਏਗਾ ਕਨੈਕਟ ਬੇਸ ਕੀਤਾ ਜਾਏਗਾ ਅਤੇ ਡੀਸੀ ਰੇਟ ਦਿੱਤਾ ਜਾਏਗਾ। ਉਸ ਦੇ ਮੁਤਾਬਕ ਅੱਜ ਇਸੇ ਹੀ ਮਈ ਦੇ ਮਹੀਨੇ ਇੱਕ ਸਾਲ ਹੋ ਗਿਆ ਇੱਕ ਸਾਲ ਤੋਂ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਕਿ ਇਹਨਾਂ ਨਿਯੁਕਤੀ ਪੱਤਰ ਦਿੱਤੇ ਜਾਣ ਕਨੈਕਟ ਬੇਸ 'ਤੇ ਕੀਤੇ ਜਾਣ। ਉਸ ਤੋਂ ਇਲਾਵਾ ਜਿੱਦਾਂ ਕਿ ਬਾਕੀ ਸਰਕਾਰਾਂ ਦੇ ਮੁਤਾਬਕ ਤਨਖਾਹ 6 ਮਹੀਨੇ ਬਾਅਦ ਵੱਧਦੀ ਆ ਡੀਸੀ ਰੇਟ ਉਹ ਸਾਰੇ ਪੰਜਾਬ 'ਚ ਲਾਗੂ ਹੁੰਦਾ ਜੀ ਅਤੇ ਬਾਕੀ ਸਾਰੀਆਂ ਪੰਜਾਬ ਦੀਆਂ ਕਮੇਟੀਆਂ 'ਚ ਮਿਲ ਵੀ ਰਿਹਾ ਬਕਾਇਆ ਵੀ ਮਿਲ ਗਿਆ ਤਾਂ ਵਧੀਆ ਤਨਖਾਹ ਵੀ ਲਾਗੂ ਕੀਤੀ ਗਈ ਆ। ਸੋ ਅਸੀਂ ਅਕਾਊਂਟੈਂਟ ਸਾਹਿਬ ਈਓ ਪ੍ਰਧਾਨ ਜੀ ਕੋਲ ਸਾਰਿਆਂ ਨੂੰ ਬੇਨਤੀ ਕੀਤੀ ਕਿ ਸਾਡੀ ਜਿੱਦਾਂ ਕਿ ਚਿੱਠੀਆਂ ਅਸੀਂ ਦਿੱਤੀਆਂ ਨੇ ਇਹਨਾਂ ਨੂੰ ਉਹ ਚਿੱਠੀਆਂ ਦੇ ਮੁਤਾਬਕ ਬਾਕੀ ਕਮੇਟੀਆਂ ਦੇ ਰਹੀਆਂ ਨੇ ਸਾਨੂੰ ਬਣਦਾ ਬਕਾਇਆ ਸਾਡੀ ਤਨਖਾਹ ਲਾਗੂ ਕੀਤੀ ਜਾਵੇ। ਸੋ ਸਾਨੂੰ ਈਓ ਸਾਹਿਬ ਨੇ ਭਰੋਸਾ ਦਿੱਤਾ ਪ੍ਰਧਾਨ ਜੀ ਨੇ ਵੀ ਅਤੇ ਅਕਾਊਂਟੈਂਟ ਸਾਹਿਬ ਵੀ ਕਹਿੰਦੇ ਕੋਈ ਨਹੀਂ ਜੀ ਦੇਵਾਂਗੇ ਦੇਵਾਂਗੇ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਸਾਨੂੰ ਵਧੀਆ ਤਨਖਾਹ ਦਿੱਤੀ ਜਾਂਦੀ ਆ ਜੋ ਕਿ 2020 ਤੋਂ 9,978 ਰੁਪਏ ਰੇਟ ਹੈਗਾ ਡੀਸੀ ਰੇਟ ਦਾ ਚੱਲ ਰਿਹਾ ਉਹੀ ਹੀ ਸਾਨੂੰ 2 ਸਾਲ ਤੋਂ ਮਿਲ ਰਿਹਾ। ਅਸੀਂ ਇਹਨਾਂ ਨੂੰ ਫਿਰ ਗੁਜ਼ਾਰਿਸ਼ ਕੀਤੀ ਕਿ ਸਰ ਆ ਚਿੱਠੀਆਂ ਨੇ ਇਸ ਮੁਤਾਬਕ ਫਲਾਨੀ ਫਲਾਨੀ ਕਮੇਟੀ ਆ ਖੰਨਾ ਕਮੇਟੀ ਸਾਂਝ ਵਾਲੀ ਕਮੇਟੀ ਮਰੇਕੋਲਾ ਕਮੇਟੀ ਹੋਰ ਪੰਜਾਬ ਦੀਆਂ ਬਹੁਤ ਸਾਰੀਆਂ ਕਮੇਟੀਆਂ ਨੇ ਫਿਰੋਜ਼ਪੁਰ ਸਾਈਡ ਤਰਨ ਤਾਰਨ ਸਾਈਡ ਸਾਰੀਆਂ ਹੀ ਕਮੇਟੀਆਂ ਦੇ ਵਿੱਚ ਉਹ ਲਾਗੂ ਕੀਤੀ ਗਈ ਤਨਖਾਹ ਔਰ ਮਿਲ ਵੀ ਰਹੀ ਹੈ ਬਕਾਇਆ ਵੀ ਦਿੱਤਾ ਗਿਆ ਲੇਕਿਨ ਅਸੀਂ ਇਹਨਾਂ ਨੂੰ ਕਿਹਾ ਸਰ ਬਾਕੀ ਕਮੇਟੀ ਦੇ ਰਹੇ ਹੋ ਤਾਂ ਸਾਡਾ ਬਣਦਾ ਬਕਾਇਆ ਸਾਡੀ ਬਣਦੀ ਤਨਖਾਹ ਲਾਗੂ ਕੀਤੀ ਜਾਵੇ। ਉਹ ਕਹਿੰਦੇ ਅਸੀਂ ਕੋਈ ਤਨਖਾਹ ਨਹੀਂ ਲਾਗੂ ਕਰ ਸਕਦੇ ਕੋਈ ਬਕਾਇਆ ਨਹੀਂ ਦੇ ਸਕਦੇ ਜਦਕਿ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਨੇ 16 ਤੋਂ ਲੈ ਕੇ ਹੁਣ ਤੱਕ ਆਪਣਾ ਬਣਦਾ ਬਕਾਇਆ ਵੀ ਔਰ ਬਣਦੀ ਜੋ ਵੱਧਦੀ ਤਨਖਾਹ ਸੀ ਉਹ ਵੀ ਲਾਗੂ ਹੋ ਗਈ ਆ। ਸੋ ਅਸੀਂ ਇਹਨਾਂ ਨੂੰ ਕਿਹਾ ਵੀ ਦੇਖੋ ਜੀ ਸਾਡੇ ਤਾਂ ਸੈਂਕੜਿਆਂ 'ਚ ਵੱਧਦੇ ਆ ਸੌਵਾਂ 'ਚ ਰੁਪਈਆਂ 'ਚ ਵੱਧਦੇ ਆ ਉਹ ਤਾਂ ਸਾਡਾ ਵਾਧਾ ਕੀਤਾ ਜਾਵੇ ਲੇਕਿਨ ਉਸ ਦੇ ਮੁਤਾਬਕ ਸਾਡੇ ਅਕਾਊਂਟੈਂਟ ਸਾਹਿਬ ਗੁਰਪ੍ਰੀਤ ਜੀ ਮੰਨ ਨਹੀਂ ਰਹੇ ਉਹ ਕਦੇ ਕਹਿੰਦੇ ਈਓ ਸਾਹਿਬ ਨੂੰ ਪੁੱਛ ਕੀ ਹੈ ਨਾ ਮੰਨਣ ਦਾ ਉਹਨਾਂ ਦਾ ਨਾ ਮੰਨਣ ਦਾ ਕਾਰਨ ਉਹ ਕਹਿੰਦੇ ਅਸੀਂ ਦੇ ਨਹੀਂ ਸਕਦੇ ਸਾਡੇ ਕੋਲ ਬਜਟ ਹੈ ਨਹੀਂ ਜਦਕਿ ਇਹਨਾਂ ਦੇ ਬਣਦੇ ਬਕਾਏ ਲੱਖਾਂ ਦੇ ਵਿੱਚ ਉਹਦੇ ਵਾਸਤੇ ਕਮੇਟੀ ਕੋਲ ਬਜਟ ਸੀ ਤਾਂ ਸਾਡੀ ਦੀ ਤਨਖਾਹ ਦੇਣ ਵਾਸਤੇ ਵਧੀਆ ਤਨਖਾਹ ਅਤੇ ਬਕਾਇਆ ਦੇਣ ਵਾਸਤੇ ਇਹਨਾਂ ਕੋਲ ਬਜਟ ਹੈ ਨਹੀਂ। ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਦੇਖੋ ਅਸੀਂ ਜਾਇਜ਼ ਮੰਗ ਆ ਸਾਡੀ ਉਹ ਸਾਨੂੰ ਮਨਜ਼ੂਰ ਕੀਤੀ ਜਾਵੇ ਅਗਰ ਤੁਹਾਨੂੰ ਨਹੀਂ ਕਿਸੇ ਗੱਲ ਦਾ ਪਤਾ ਹੈਗਾ ਤਾਂ ਨਾਲ ਦੀਆਂ ਕਮੇਟੀ 'ਚ ਪੁੱਛਿਆ ਜਾਵੇ ਉਹਨਾਂ ਨੂੰ ਫੋਨ ਕਰੋ ਕਿ ਇੰਨੀ ਤਨਖਾਹ ਤੁਸੀਂ ਕਿਸ ਹਿਸਾਬ ਨਾਲ ਦੇ ਰਹੇ ਹੋ ਕਿਸ ਹਿਸਾਬ ਨਾਲ ਬਕਾਇਆ ਦਿੱਤਾ ਉਸ ਹਿਸਾਬ ਨਾਲ ਸਾਨੂੰ ਬਣਦਾ ਬਕਾਇਆ ਦੇ ਦਿਉ ਅਤੇ ਬਣਦੀ ਤਨਖਾਹ ਦਿਉ ਅਤੇ ਉਹ ਕਹਿੰਦੇ ਨਹੀਂ ਜੀ ਅਸੀਂ ਕਿਤੇ ਨਹੀਂ ਗੱਲ ਕਰਨੀ ਹੈਗੀ ਲੇਕਿਨ ਅਸੀਂ ਨਾ ਦੇਣਾ ਨਾ ਦੇ ਸਕਦੇ ਹਾਂ। ਹੁਣ ਜਿਹੜੀ ਤੁਸੀਂ ਤਾਲਾਬੰਦੀ ਕੀਤੀ ਹੈ ਕਿੰਨੇ ਕੁ ਟਾਈਮ ਤੱਕ ਇਹ ਲਾਗੂ ਰਹੂ? ਇਹ ਸਾਰੇ ਦਾ ਕੋਈ ਟਾਈਮ ਨਹੀਂ ਜੀ ਜਿੱਦਾਂ ਮਿੱਥੇ ਸਮੇਂ ਲਈ ਅਸੀਂ ਹੜਤਾਲ ਕੀਤੀ ਆ ਉਸੇ ਹੀ ਹਿਸਾਬ ਕਿਤਾਬ ਨਾਲ ਅਸੀਂ 16 ਤਰੀਕ ਨੂੰ ਮੰਗ ਪੱਤਰ ਦਿੱਤਾ ਜੀ ਪ੍ਰਧਾਨ ਜੀ ਨੂੰ ਕਰਨਵੀਰ ਸਿੰਘ ਢਿੱਲੋਂ ਨੂੰ ਜੀ ਅਤੇ ਈਓ ਸਾਹਿਬ ਨੂੰ ਆਪਣੇ SDM ਸਾਹਿਬ ਨੂੰ ਜੀ ਅਤੇ MLA ਸਾਹਿਬ ਨੂੰ ਤਕਰੀਬਨ 10 ਵੱਜ ਚੁੱਕੇ ਆ ਤੁਹਾਡੇ ਕੋਲ ਕੋਈ ਅਧਿਕਾਰੀ ਆਇਆ? ਸਾਡੇ ਕੋਲ ਸਰ ਕੋਈ ਅਧਿਕਾਰੀ ਨਹੀਂ ਆਇਆ ਕੋਈ ਅਫੀਸਰ ਸਾਹਿਬਾਨ ਨਹੀਂ ਆਇਆ
कोई भी उच्च अधिकारी ने आके साड़ी सारनी लेती। असीं दफ्तर खुलदा किन्ने बजे है? सर 9 बजे खुलदा है। सो असीं 6 बजे का धरना लाया हुआ, 6 बजे असीं सारे जिंदे लाए आ, तालाबाजी की हुई है। साडे जिन्ने भी इंप्लाईज ने बिचे लेडीज़ या जेंट्स सारे इत्थे बैठे ने हाजिर। सो असीं जिन्ना चिर साडियां हक्की मंगा ने वो साडा बनता बकाया वाधी तनखा लागू नहीं की जाऊगी और नहीं बकाया बनता दिता गया उन्ना चिर ही जिंदा नहीं खुलेगा। धरना लगाउण दा कारण आ सफाई कर्मचारियों दीआं कुछ हक्की मंगा ने, उन्हां नूं लै के धरना ला के बैठे असीं पिछली 13 तरीक तो। अज 7 दिन हो चुके ने, असीं 16 तरीक नूं अपनियां मंगां नूं लै के एक मंग पत्र जिहड़ा वख वख संस्थावां विच जां नगर कौंसल समराला SDM साहब ते विधायक साहब कोल भी अपना मंग पत्र पहुँचाया। उहदे विच असीं इन्हां नूं आगाह किया सी भई साडियां मंगां जे अगले 2 दिनां विच ना पूरियां होईआं तां असीं 19 तरीक नूं दफ्तर दा ताला बंद करके दफ्तर मूहरे बैठांगे ते साडियां मंगां जिस मौके तक जद तक पूरियां नहीं होणगीआं असीं दफ्तर दा जिंदा नहीं खोलणगे। की कारण की आ कि मंगां क्यों नहीं पूरियां हो रहीआं तुहाडीआं? मंगां देखो जी, अज कल तुहानूं पता भी करप्शन दा जमाना, लोक गरीबां दा ही ढिड वट वट खाई जांदे ने। उहदे विच चाहे कोई नगर कौंसल दा EO आ, अकाउंटेंट आ, जां फिर नगर कौंसल दा प्रधान आ, जां कोई SDM आ, जां चाहे कोई विधायक आ, जानी इन्हां दी मिली भगत तो बगैर कुछ नहीं हुंदा। अज असीं जिहड़ा संताप भुगत रहे हाँ ये इन्हां दी मिली भुगत आ। पिछले 2 साल तक दीआं बकाया साडीआं तनखाह पईआं ने, बकाया बणदा वा कुछ सानूं देण दी साडी कोई सुनवाई नहीं कीती जा रही। इस विषय से असी सफाई सेवक यूनियन पंजाब, साड़ी हाई कमांड प्रधान सूबा प्रधान अशोक कुमार सारवान जी नाल भी साड़ी गल हुई आ अते असी अपनी असी इस संघर्ष नूं पंजाब पद्धर ते भी लै के खड़न की कोशिश दे विच हाँ, जे नहीं साड़ियां मंगां पूरियां होईआं तां। किन्ने क टाइम तक लॉक लग्या रहेगा? अज दा दिन रहेगा जां किदां? ਇਹ ਲੋਕ ਉਨੇ ਟਾਈਮ ਤੱਕ ਲੱਗਿਆ ਰਹੂਗਾ ਜਿੰਨਾ ਟਾਈਮ ਤੱਕ ਸਾਡੇ ਸਫਾਈ ਕਰਮਚਾਰੀਆਂ ਦੇ ਖਾਤੇ ਵਿੱਚ ਨਵੀਂ ਬਣਦੀ ਤਨਖਾਹ ਨਹੀਂ ਪੈ ਜਾਂਦੀ ਔਰ ਉਹਨਾਂ ਦਾ ਬਕਾਇਆ ਨਹੀਂ ਪੈ ਜਾਂਦਾ। ਜਿਹੜੇ ਤੁਹਾਡੇ ਠੇਕੇਦਾਰ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਠੇਕੇਦਾਰਾਂ ਨਾਲ ਗੱਲ ਹੁੰਦੀ ਆ, ਠੇਕੇਦਾਰ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਬਈ ਨਵੇਂ ਰੇਟ ਦੇ ਬਿੱਲ ਬਣਾ ਕੇ ਦਿਓ ਤਾਂ ਉਹਦਾ ਇਹ ਜਵਾਬ ਹੁੰਦਾ ਵੀ ਮੈਨੂੰ ਦਫ਼ਤਰ ਵੱਲੋਂ ਅਲਾਊਟ ਨਹੀਂ ਹੁੰਦਾ, ਉਹ ਮਨਾ ਕਰਦੇ ਨੇ ਬਈ ਨਵੇਂ ਰੇਟ ਦੀ ਕੋਈ ਤਨਖਾਹ ਨਹੀਂ ਬਣਾਉਣੀ, ਕੋਈ ਬਿੱਲ ਨਹੀਂ ਬਣਾਉਣਾ। ਸੁਣਨ ਵਿੱਚ ਆਇਆ ਕਿ ਅਕਾਊਂਟੈਂਟ ਸਾਹਿਬ ਨੂੰ ਤਾਂ ਉੱਪਰੋਂ ਹਦਾਇਤਾਂ ਆਈਆਂ ਸੀ ਕਿ ਪਾਸ ਕਰ ਦਿਓ ਇਹਨਾਂ ਦੇ ਬਿੱਲ ਜਿਹੜੇ ਰਹਿੰਦੇ ਆ ਬਕਾਇਆ। ਹੁਣ ਇਹ ਅਕਾਊਂਟੈਂਟ ਸਾਹਿਬ 'ਤੇ ਡਿਪੈਂਡ ਕਰਦਾ, ਸਾਡੇ ਸਾਹਮਣੇ MLA ਸਾਹਿਬ ਕਹਿ ਕੇ ਗਏ ਨੇ, ਸਾਡੇ ਸਾਹਮਣੇ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਾਹਿਬ ਨੇ ਵੀ ਕਿਹਾ ਵੀ ਇਹਨਾਂ ਦਾ ਜਿਹੜਾ ਬਣਦਾ ਕੰਮ ਕਰਦੇ ਕਿਉਂ ਨਹੀਂ। ਉਹ ਅਕਾਊਂਟੈਂਟ ਸਾਹਿਬ ਹੀ ਕੁਛ ਆਪਣੇ ਕੋਲੋਂ ਦੱਸੀ ਜਾਂਦਾ ਵੀ ਇਹ ਇਹਨਾਂ ਦਾ ਬਣਦਾ ਨਹੀਂ ਹੈਗਾ, ਉਹ ਉਹਨਾਂ ਦਾ ਬਣਦਾ ਵਾ। ਹੁਣ ਪਿਛਲੇ ਸਾਲ ਇਸੇ ਮਹੀਨੇ ਅਸੀਂ ਇਸੇ ਜਗ੍ਹਾ 'ਤੇ ਜਦ ਹੜਤਾਲ 'ਤੇ ਬੈਠੇ ਸੀ ਤਾਂ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਦੇ ਆਧਾਰ 'ਤੇ ਜਿਹੜੀਆਂ ਹਦਾਇਤਾਂ ਮਿਲੀਆਂ ਸੀਗੀਆਂ ਉਹਦੇ ਆਧਾਰ 'ਤੇ ਪੱਕੇ ਮੁਲਾਜ਼ਮ ਜਿੰਨੇ ਵੀ ਨੇ ਦਫ਼ਤਰ ਦੇ, ਚਾਹੇ ਉਹ ਕਲਰਕ ਆ, ਚਾਹੇ ਉਹ EO ਸਾਹਿਬ ਨੇ, ਚਾਹੇ ਉਹ ਕੋਈ ਵੀ ਨੇ, ਉਹਨਾਂ ਨੇ ਸਾਰੀਆਂ ਜਿਹੜੀਆਂ ਸਹੂਲਤਾਂ ਹਾਸਲ ਕਰ ਲਈਆਂ ਸਾਡੀ ਹੜਤਾਲ ਕਾਰਨ। ਲੇਕਿਨ ਸਾਨੂੰ ਉਹ ਵੀ ਸਹੂਲਤ ਨਹੀਂ ਮਿਲੀ ਵੀ ਸਾਨੂੰ ਇਹਨਾਂ ਨੇ ਕਮੇਟੀ ਦੇ ਅੰਡਰੀ ਕਰਿਆ ਹੋਵੇ, ਸਾਨੂੰ ਪ੍ਰੋਸੀਜਰ ਦੇ ਵਿੱਚ ਲਿਆਂਦਾ ਹੋਵੇ, ਸਾਡੀ ਤਨਖਾਹ ਵੀ ਪੂਰੀ ਨਹੀਂ ਦੇ ਰਹੇ। ਇਹ ਤਾਂ ਅਕਾਊਂਟੈਂਟ ਸਾਹਿਬ ਨਾਲ ਖਾਸ ਮਿਲ ਕੇ ਹੀ ਉਹੀ ਦੱਸ ਸਕਦੇ ਨੇ ਆਪਣੇ ਮਨ ਦੀ ਗੱਲ ਵੀ ਉਹ ਚਾਹੁੰਦੇ ਕੀ ਨੇ, ਉਹਨਾਂ ਨੂੰ ਕਿਹਨੇ ਰੋਕਿਆ ਹੋਇਆ। ਜੇ ਅਸੀਂ ਹੁਣ ਤੋਹਮਤ ਲਾਈਏ ਤਾਂ ਪਹਿਲਾਂ ਮੈਂ ਦੱਸ ਕੇ ਹਟਿਆ ਵੀ ਜਿਹੜੀਆਂ ਹਾਈ ਕਮਾਂਡਾਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੇ ਸ਼ਹਿ ਤੋਂ ਬਗੈਰ ਕੋਈ ਵੀ ਵਰਕਰ ਕੋਈ ਵੀ ਅਧਿਕਾਰੀ ਕੁਛ ਨਹੀਂ ਕਰ ਸਕਦਾ। ਅਗਰ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੀ ਅੱਗੇ ਦਾ ਸੰਘਰਸ਼? ਅੱਗੇ ਦਾ ਸੰਘਰਸ਼ ਇਹ ਅਸੀਂ ਦੱਸ ਚੁੱਕੇ ਹਾਂ ਵੀ ਪੰਜਾਬ ਪੱਧਰ 'ਤੇ ਅਸੀਂ ਆਪਣੇ ਹਾਈ ਕਮਾਂਡ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ ਜੀ ਨਾਲ ਅਤੇ ਸੂਬਾ ਸਕੱਤਰ ਰਮੇਸ਼ ਗੈਚੰਡ ਜੀ ਨਾਲ ਅਸੀਂ ਮੀਟਿੰਗ ਕਰ ਚੁੱਕੇ ਹਾਂ, ਉਹਨਾਂ ਨਾਲ ਗੱਲ ਸਲਾਹਬਾਤ ਕਰ ਚੁੱਕੇ ਹਾਂ ਅਤੇ ਉਹਨਾਂ ਵੱਲੋਂ ਸਾਨੂੰ ਪੂਰੀ ਹਮਾਇਤ ਆ। ਅਤੇ ਤਕਰੀਬਨ ਸਮਰਾਲਾ ਸ਼ਹਿਰ ਦੇ ਆਲੇ ਦੁਆਲੇ ਜਿੰਨੀਆਂ ਵੀ ਹੋਰ ਨਗਰ ਕੌਂਸਲਾਂ ਨੇ ਸਾਰਿਆਂ ਵੱਲੋਂ ਸਾਨੂੰ ਜਿਹੜਾ ਸਹਿਯੋਗ ਮਿਲੂਗਾ, ਅਸੀਂ ਬਹੁਤ ਸਾਰੀਆਂ ਕਮੇਟੀਆਂ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਇਸ ਵਿਸ਼ੇ 'ਚ ਸੰਘਰਸ਼ ਕਰਾਂਗੇ। ਇਹਨਾਂ ਨੇ ਸਫਾਈ ਸੇਵਕਾਂ ਦੀ ਹੜਤਾਲ ਕੀਤੀ ਹੋਈ ਹੈ, ਇੱਕ DC ਸਾਹਿਬ ਵੱਲੋਂ ਸਵੀਪਰਾਂ ਦਾ ਜੋ ਰੇਟ ਲਾਗੀ ਜਾਰੀ ਕੀਤਾ ਜਾਂਦਾ ਨਾ, ਅਸੀਂ ਉਹੀ ਰੇਟ ਦੇ ਰਹੇ ਹਾਂ ਇਹਨਾਂ ਨੂੰ।
एक लेबर डिपार्टमेंट वालों क्लास दर्जा चार का एक होर दूसरा 9992 का कोई रेट भी लिखे हुआ है। ये कहें सानू डीसी साहब के जेड़े लुधियाने वालों डीसी साहब वालों 9992 वाला रेट नहीं, असं तो लेबर डिपार्टमेंट का 9992 वाला रेट सानू देना। उन्हें असी लेबर डिपार्टमेंट को क्लैरीफिकेशन लिए लैटर भी लिखी हुई है पर अजे उन्होंने कोई रिप्लाई नहीं आया। पर उस चीज़ पर कहें भी होर भी सानू तो 9992 वाला रेट दो कि असी काम करना नहीं तो अभी हड़ताल तो एक थोड़े एलीगेशन लग रहे थे भी कमीशन मंगते हो नहीं सर तुम तो देखो जी स्टाफ में एक तरीक न सारी तनखा PF वगैरह सब कुछ टाइम सर असी जो किश्त उन्होंने LIC दियाँ बैंक लोन कटते हैं अभी एक तरीक तनखा सारे स्टाफ की भेज दें। ईवन इन्ह का भी मुलाजमान का भी जो EPF या ESI है वो ठेकेदार तो अभी रसीद लैके बकायदा प्रूफ लईदा उन्दे तो भी जो EPF ESI टाइम सर जमा होंगे रसीदा तो बकायदा ECR दी कापी लई दी भी ताकि असी अगली तनखा रिलीज कर सकी है ता ही इन्होंने मुलाजमान को टाइम सर उन्होंने EPF के पैसे भी मिलते रहे उन्दे विचों। एक सर इन्होंने हड़ताल से बैठने कारण शहर में गंदगी बहुत ज़्यादा फैल चुकी है उसके लिए तुसी की प्रबंधक पुख्ता प्रबंध सर उन्दे लिए फिर ज़्यादा ईओ साहब दस दे मेरा अकाउंट्स का काम है ना मैं तो अकाउंट्स बनाए का हैड डिपार्टमेंट ईओ साहब ने भी कहा है भी जो इन्होंने बनता वा भी वह दिता जाए नहीं ईओ साहब यही कह रहे हैं भी सानू जो कोई क्लैरीफिकेशन आ जाएगी असं दे देंगे क्योंकि मैं तो इंचार्ज मैं नहीं ना इंचार्ज तो फिर ईओ साहब ने ना नहीं उन्होंने कहना है जो बकाया वा ईओ साहब के प्रधान जी ने कहा भी दे दो जो बनता किराया इन्हों का ना 9992 वाला रेट जिहड़ा सरकार ने 1.5 साल पहला लागू किया करोना करके सरकार ने एक बार चिट्ठी लागू करके ना चिट्ठी वापस लै ली सी तो जो लैटर वापस लै ली असी वो रेट वापस नहीं लिया जो नवा लागू कर लिया ईवन दूजिया कमेटियां ने रेट पुराने वाला लागू कर लिया असी ਉਹੀ ਰੇਟ ਜਿਹੜਾ ਵਧਿਆ ਰੇਟ ਲਾਗੂ ਰੱਖਿਆ ਵੀ ਚਲੋ ਜਿਹੜਾ 400 ਰੁਪਏ ਮਹੀਨਾ ਵਧਿਆ ਵੀ ਉਹਨੂੰ ਅਸੀਂ ਵਾਪਸ ਕਾਹਨੂੰ ਲਿਆਉਣਾ ਵੀ ਇਹ ਬੰਦੇ ਫਿਰ ਇਤਰਾਜ਼ ਕਰਨਗੇ ਵੀ ਤੁਸੀਂ ਇੱਕ ਵਾਰੀ ਲਾਗੂ ਕਰਤਾ ਦੁਬਾਰਾ ਤੁਸੀਂ ਸਾਡਾ ਪੁਰਾਣਾ ਰੇਟ ਕਿਉਂ ਤੁਹਾਨੂੰ ਦੇ ਰਹੇ ਹੋ ਅਸੀਂ ਉਹੀ ਰੇਟ ਲਾਗੂ ਰੱਖਿਆ 1.5 ਸਾਲ ਜਦਕਿ ਦੂਜੀਆਂ ਕਮੇਟੀਆਂ ਨੇ ਘੱਟ ਵਾਲਾ 400 ਘੱਟ ਵਾਲਾ ਰੇਟ ਲਗਾਉਣਾ ਵੀ ਬਾਕੀ ਕਮੇਟੀਆਂ ਨੇ ਨੇੜੇ ਤੇੜੇ ਕਮੇਟੀਆਂ ਉਹਨਾਂ 'ਚ ਵਧਿਆ ਹੋਇਆ ਦੇ ਰਹੇ ਹਾਂ ਪਤਾ ਨਹੀਂ ਇੱਦਾਂ ਨਾ ਜੋ ਜੇ ਮਾਛੀਵੜਾ ਸਾਹਿਬ ਦੇ ਰਹੇ ਨੇ ਤਾਂ ਪਤਾ ਕਰ ਲਓ ਨਾ ਉੱਥੇ ਦੇ ਰਹੇ ਕਿ ਨਹੀਂ ਜਾਂ ਤਾਂ ਅਸੀਂ ਕੁਝ ਗਲਤ ਕਹਿ ਰਹੇ ਹੋਈਏ ਤਾਂ ਇਹ ਕਹਿੰਦੇ ਖੰਨਾ ਕਮੇਟੀ ਦੇ ਰਹੀ ਹੈ ਪਰ ਮਾਛੀਵੜਾ ਸਾਹਿਬ ਵੀ ਤਾਂ ਹਜੇ ਤਾਂ ਉੱਥੇ ਵੀ ਲਾਗੂ ਨਹੀਂ ਹੋਇਆ ਕੋਈ ਇਸ ਤਰ੍ਹਾਂ ਦਾ ਜਿਹੜਾ ਹੁਣ ਤਾਲਾ ਲੱਗਿਆ ਹੋਇਆ ਉਹ ਕਿੱਦਾਂ ਖੁਲਵਾਇਆ ਜਾਏ ਪਰ ਉਹ ਈਓ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੁਸੀਂ ਹਰ ਚੀਜ਼ ਦਾ ਤਾਂ ਮੈਂ ਜਵਾਬ ਨਹੀਂ ਨਾ ਦੇ ਸਕਦਾ।